बुलाया तो भाई थानू पता ही है सरकार किसानां नाल धक्का कर रही है बहुत ज्यादा। पहला देख लो इन्होंने मंडीकरण तोड़ता, हुण कहिंदी मशीनां ते SMS लाओ पराली नूं अग नहीं लाउणी। आपां ने धरना देना कल नूं MLA दी कोठी मूहरे। ठीक है जी, ठीक है। सारे बंदे भाई तैयार रहो, ट्रैक्टर गड्डियां जीपां तैयार कर लो, झंडे ला के आपां ने अपने पिंड चों जाणा है। ठीक है, सरकार झुकूगी अपने अग्गे। ठीक है जी, गल चलांगे कल नूं। हाँ, कल नूं जाणा आपां ने पक्का। ओ भाई ये तो सरकार करोना का फायदा चक रही है, ये तो करोना करके इन्हों भी ये धरने नहीं ला सकते भी असं अपनिया मनमानिया करिए। व्यापारियों ने देख लो लॉकडाउन च अपनिया चीज़ा दुगने रेट पर बेचिया ने, आपां नूं उही घाटा पै रहा है। जे मंडीकरण टुट गया यह जिमें 11-21 का बुरा हाल आ, उही दूजिया फसलों का हो जाना है, पक्के रेट रहने नहीं, अपना आमदन है नहीं आपां नूं कोई। ਆਪਾਂ ਤਾਂ ਪੂਰੇ ਹੁਣ ਕਰਨੇ ਹੀ ਪੈਣਗੇ, ਜੁੜਨਾ ਪਊਗਾ ਜੀ ਆਪਾਂ ਨੂੰ, ਇਕੱਠੇ ਹੋ ਕੇ ਜੁੜਨਾ ਪਊਗਾ ਆਪਾਂ ਨੂੰ, ਨਾਲ ਚੱਲਿਓ ਬਾਈ ਸਾਰੇ ਜਣੇ। ਆਪਾਂ ਨੇ ਮੰਡੀਕਰਨ ਵੀ ਟੁੱਟਣ ਨਹੀਂ ਦੇਣਾ, ਜੇ ਮੰਡੀਕਰਨ ਟੁੱਟ ਗਿਆ ਕਿਸਾਨੀ ਜਮਾਂ ਹੀ ਖਤਮ ਹੋ ਜੂਗੀ। ਠੀਕ ਆ ਬਾਈ। ਤੇ ਦੂਜੇ ਨੰਬਰ ਤੇ ਆ ਗਰੀਬਾਂ ਦੀ 200 ਯੂਨਿਟ ਦੇਖ ਲਓ, ਇਹ ਦੱਬਣ ਨੂੰ ਫਿਰਦੇ ਨੇ ਹੁਣ, ਇਹ ਵੀ ਨਹੀਂ ਆਪਾਂ ਨੇ ਕੰਮ ਹੋਣ ਦੇਣਾ, ਮਜ਼ਦੂਰਾਂ ਨਾਲ ਤਾਂ ਪਹਿਲਾਂ ਹੀ ਧੱਕਾ ਹੋ ਰਿਹਾ। ਚਲੋ ਕੋਈ ਨਾ, ਕੱਲ ਨੂੰ ਜਾ ਕੇ ਆਪਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਆਵਾਜ਼ ਉਠਾਉਣੀ ਹੈ। ਸਰਕਾਰ ਆਪਾਂ ਨੂੰ ਦੱਬਣਾ ਚਾਹੁੰਦੀ ਹੈ ਕਿਸਾਨਾਂ ਨੂੰ। ਨੌਜਵਾਨਾਂ ਨਾਲ ਜੁੜਨਗੇ ਤਾਂ ਹੀ ਸਰਕਾਰ ਦਬੂਗੀ। ਚਲੋ ਨਮੇੜੋ ਕੰਮ ਕਾਰ ਫਿਰ ਚੱਲੀਏ ਕੱਲ ਨੂੰ। ਚਲੋ ਸਾਰੇ ਕੰਮ ਕਾਰ ਨਮੇੜੋ, ਕੰਮ ਕਾਰ ਕਰਕੇ ਕਾਹਨੂੰ ਜਾਣਾ ਆਪਾਂ, ਇਕੱਠੇ ਹੋ ਕੇ ਪਛਾਣ ਜੂਨੀਅਰ ਜਿੰਦਾਬਾਦ, ਪਛਾਣ ਜੂਨੀਅਰ ਜਿੰਦਾਬਾਦ, ਇਕੱਠੇ ਹੋ ਕੇ ਜਿੰਦਾਬਾਦ, ਏਕਤਾ ਡਟਾਉਂਦਾ ਜਿੰਦਾਬਾਦ ਜਿੰਦਾਬਾਦ। ਲੱਗਦਾ MLA ਸਾਹਿਬ ਨੂੰ ਖਬਰ ਦੇਣੀ ਪਊਗੀ। ਇਹ ਹੈ ਇਸ ਇਲਾਕੇ ਦਾ MLA ਨਾਧੂ ਸਿੰਘ, ਜੋ ਜਵਾਨੀ ਵਿੱਚ ਬਿੱਲੇ ਬਲੈਕੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਰਾਜਨੀਤੀ ਦੇ ਚਿੱਟੇ ਕੱਪੜਿਆਂ ਦੀ ਆੜ ਵਿੱਚ ਆਪਣੇ ਕਾਲੇ ਕੰਮਾਂ ਨੂੰ ਅੰਜਾਮ ਦਿੰਦਾ ਹੈ। ਉਹ ਚੱਲ ਚੰਗਾ ਚੰਗਾ, ਮੈਂ ਥੋੜ੍ਹਾ ਦੁਨੀਆਦਾਰੀ ਬਾਰੇ ਵੀ ਦੇਖ ਲਾਂ। ਚੰਗਾ ਮੇਰੇ ਆਹਦਾ ਫਰੰਟ ਪੇਜ ਫੋਟੋ ਬਣ ਗਈ ਹੈ, ਕੱਲ ਅੱਖ ਖੜੀ ਨਹੀਂ ਆਈ, ਅੱਜ ਅੱਖ ਖੜੀ ਕਰਕੇ ਚੱਲਾਂਗੇ। ਮਾਲ ਵੀ ਪਤੰਦਰ ਮੁੱਕੇ ਜਿਹਾ ਕਹਿੰਦੇ, ਲਫਟਾਂ ਸੜਦਾ ਲਫਟਾਂ ਮਾਵਾਂ ਬਹੁਤੀ ਇਹਨੂੰ ਕਹਿ ਕੇ ਹੋਰ ਗੱਲ ਪਾਣੀ ਨਹੀਂ। ਨਾ ਪੂਰਾ ਪਿਓਰ ਆ, ਹੱਥਾਂ ਨਾਲ ਉਹ ਵੀ ਨਹੀਂ ਲੈਂਦਾ। ਹੈਲੋ, ਹਾਂ ਵੀ ਅੱਛਾ, ਕੱਲ੍ਹ ਨੂੰ ਚੱਲ ਕੋਈ ਨਹੀਂ, ਮੈਂ ਕਰਦਾ MLA ਸਾਹਿਬ ਨਾਲ ਗੱਲ। ਸਾਵੀ ਫੋਨ ਆਇਆ ਸੀਗਾ, ਅੱਛਾ ਮਟੋਡ ਵਾਲੇ ਦੁਕਾਨਦਾਰ ਯੂਨੀਅਨ ਵਾਲੇ ਆਪਣਾ ਘਿਰਾਅ ਕਰਨ ਨੂੰ ਕਹਿੰਦੇ ਕੋਠੀਆਂ ਕੱਲ੍ਹ ਨੂੰ। ਅੱਛਾ, ਕਿਸਾਨ ਯੂਨੀਅਨ ਵਾਲਿਆਂ ਨੂੰ ਵੀ ਨਾ ਬਹੁਤ ਅੱਗ ਲੱਗੀ ਹੋਈ ਆ, ਲੱਗਦਾ ਇਹਨਾਂ ਦਾ ਹੱਲ ਕਰਨਾ ਹੀ ਪੈਣਾ। ਕਰਨਾ ਹੋਵੇ, ਮਸਾਂ ਤਾਂ ਯਾਰ ਕਰੋਨਾ ਦੀ ਆੜ ਲੈ ਕੇ ਘਰੇ ਬੈਠੇ ਹੋਏ ਸੀ ਆਪਾਂ, ਅਤੇ ਹੁਣ ਤੀਏ ਚੌਥੇ ਦਿਨ ਫੇਰ ਇਹ ਧਰਨੇ ਨੂੰ ਤੁਰ ਪਏ। ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਆਪਾਂ ਨੇ ਨਸ਼ੇ 'ਤੇ ਲਾ ਕੇ ਗਾਲ ਰੱਖੀ ਆ, ਅਤੇ ਜਿਹੜੇ ਬੁੱਢੇ ਬੁੱਢੇ ਨੇ ਇਹ ਨਹੀਂ ਛੂਤ ਆਉਂਦੇ ਹੈਗੇ ਆਪਾਂ, ਲੱਗਦਾ ਇਹਨਾਂ ਨੂੰ ਆਪਣਾ ਗੁੰਡਾ ਰੂਪ ਦਿਖਾਉਣਾ ਹੀ ਪਊ। ਨਹੀਂ ਨਹੀਂ, ਕੱਲ੍ਹ ਨੂੰ ਵੋਟਾਂ ਦਾ ਟਾਈਮ ਹਾਲੇ ਨਹੀਂ, ਆਪਾਂ ਕੁਛ ਕਰ ਸਕਦੇ, ਵੋਟਾਂ ਵੀ ਦੇਖਣੀਆਂ ਨੇ ਆਪਾਂ। ਯਾਰ ਬੁੜਿਆਂ ਦੀਆਂ ਮੜੀਆਂ 'ਚ ਲੱਤਾਂ ਨੇ, ਹਾਲੇ ਵੀ ਆਪਣੇ ਹੱਕਾਂ ਦੇ ਪਿੱਛੇ ਭੱਜੇ ਫਿਰਦੇ ਨੇ, ਉਹ ਐਂ ਕਰ ਯਾਰ ਆ ਡਾਕਟਰਾਂ ਦੀ ਟੀਮ ਨੂੰ ਲਾ ਫੋਨ, ਇੱਕ ਦੋ ਕਰੋਨਾ ਦੇ ਮਰੀਜ਼ ਉਹਨਾਂ ਦੇ ਪਿੰਡ ਕੱਢ ਦੇਣਗੇ, 144 ਲਾ ਕੇ ਤੂੰ ਪਿੰਡ ਸੀਲ ਕਰਵਾ। ਇਹ ਚੀਜ਼ ਦਾ ਹੀ ਲੋਕਾਂ ਨੂੰ ਪਤਾ ਲੱਗ ਗਿਆ ਹੁਣ, ਇਹ ਕੰਮ ਕਰਨ ਦਾ ਨਹੀਂ ਕੋਈ ਫਾਇਦਾ ਹੈਗਾ, ਐਵੇਂ ਫਿਰ ਗੱਲ ਫਿਰ ਸਾਰੀ ਆਪਣੇ 'ਤੇ ਆ ਜਾਣੀ ਆ, ਲੋਕਾਂ ਨੇ ਡਾਕਟਰ ਹੀ ਕੁੱਟ ਕੁੱਟ ਭੇਜ ਦੇਣ ਨੇ ਪਿੰਡ 'ਚੋਂ। ਉਹ ਚੱਲ ਫਿਰ ਐਂ ਕਰ ਯਾਰ,
ਉੱਥੇ ਵਾਲੇ ਸਰਪੰਚ ਨੂੰ ਫੋਨ ਲਾ ਕੇ ਦੇ ਮੈਨੂੰ। ਚਲ ਆਇਆ ਬਾਹਰ ਜਾ ਕੇ ਗੱਲ ਕਰਦੇ। हेलो वाह वधिया जी वधिया तुसीं सुणाओ की पसूड़ी जी पा रखी है पिंड वाले ने पसूड़ी कादी इन्हां दा काम यही है जी। हां तुहानू पता नहीं लग्या कल मेरी कोठी का किराया कर रहे ने किसान यूनियन नाल। तू ऐ कर जेड़े तेरे पिंड के मेन मुंडे ने हाँ हाँ जेड़े जूथ के मूहरे प्रधान ने उन्होंने कह यार कलू अपनी इत्थे पटियाले रैली आ सी एम साहब आ रहे ने तू मुंडिया कहीं सुक्का गिला सारा समान मिलेगा नशा पत्ता मिलेगा कि उत्थे जाओ। हाँ कट्ठ करके उधर नू भेज दी ते रही बुढ़िया की गल बुढ़िया तो कलू फेरेंगे डांग आउण दे। चल ठीक आ कोई ना जी एम एल ए साहब थोड़ा काम होजू कोई ना मैं करदा करदा जी हल उहदा। ठीक है जी ठीक है लै एवें कर हुण प्लैन तो कोई होर सी। हाँ जी तू गड्डी कढ ठीक है जी वह जिहड़ा नवां आई जी आया हाँ जी आपां मिल के उहनां नाले कल दे मुद्दे बारे उहदे नाल गल करांगे। ठीक है जी हाँ जी गल सुण बई मेरी। हाँ बई अगे तो आपां वग जांदे आ बुढ़े बुढ़े जी। ठीक है बई ऐतकी की आपां नवें मुंडे नाल लैके जाने ने कोई ना भी आप चल रहे सारे घर। हाँ सारे बंद कायम कर ला भी कल जाना है पक्का। ठीक है चल आ पहले जैले नू देखते हैं जैले पुत बापू कि तेरा बहुता बीमार नहीं जी वह पुत कल धरना है एम एल ए की कोठी मूहरे अगे तेरा बापू जाता हों हूँ तू चली सा कोई ना जी बग जाएंगे। हाँ तेरे एक दो आड़िया उड़िया कह दी चक्कर नहीं जी कह। हाँ मैं आऊंगा जीप लैके। ठीक है गल सुन पुत हैरी कलू आपा ने धरने ते जाना। ठीक है ठीक है सवेरे तैयार रही है कोई ना चला गई। हाँ हाँ चली साडे नाल तू पक्का नाले तेरे बापू नु कह दी बापू जी नु कह दूंगी। हाँ ठीक है ओए आ मुंडा सरपंचा दा नहीं आउंदा। हाँ हाँ ओ रोकी पुत रोकी गल सुन की हो गया ताया ओ कलू आपा ने धरने ते जाना जवाक भी तैयार ने अपने नाल जान नू। ओ तुसी क्यों जवाकां दे डंगा पौणियां ने आप दा खाने हो तुसी। ओ तुसी नौजवान माड़ी जी सोच बदलो साडा साथ दिया करो किन्ना चिर साडे मोढ़ां ते किसानी दा भार रहूगा। ओ थोनू ऐ लगदा भी थोड़े मोढ़ां ते चलदी आ किसानी किसानी दा सरकारां चलाउंदियां ने थोड़े कारण नाल कुछ नहीं हुंदा। ओ सरकारां तां खा गईआं थोनू ओ समझ लो मेरी गल जवाको तुसी साथ दिया करो साडा। ਉਹ ਤੁਸੀਂ ਤਾਂ ਉਈ ਮੂੰਹ ਚੱਕ ਕੇ ਤੁਰੇ ਰਹਿੰਦੇ ਹੋ ਤੁਹਾਡੇ ਕਹਿਣ ਤੇ ਥੋੜੀ ਚੱਲਦਾ ਕੰਮ ਸਾਰਾ ਉਹ ਜਿਵੇਂ ਸਰਕਾਰ ਨੂੰ ਠੀਕ ਲੱਗਦਾ ਉਕਣ ਕਰਦੀ ਹੈ ਤੁਹਾਨੂੰ ਕੀ ਲੱਗਦਾ ਸਰਕਾਰ ਤੋਂ ਡਰਦੀ ਆ ਬਦਲੇ ਹੋਵੇ ਤੁਹਾਡੇ ਤੁਸੀਂ ਆਪਦੇ ਹੱਕਾਂ ਪਿੱਛੇ ਨਾ ਕਦੇ ਲੜਿਓ ਆਹ ਗਾਉਣ ਵਾਲਿਆਂ ਪਿੱਛੇ ਹੀ ਲੜੀ ਜਾਇਆ ਕਰੋ ਆਹ ਜਿੰਨੇ ਕਮੈਂਟ ਗਾਉਣ ਵਾਲਿਆਂ ਪਿੱਛੇ ਕਰਦੇ ਹੋ ਜੇ ਕਿਤੇ ਕਿਸਾਨੀ ਖਾਤਰ ਕਰੋ ਤਰ ਜੇ ਆਪਣਾ ਬੇੜਾ ਪਾਰ ਹੋ ਜੇ। ਉਹ ਚੱਲ ਕੋਈ ਨਹੀਂ ਤੁਸੀਂ ਤਾਂ ਵੇਲੇ ਉਹ ਤੂੰ ਕਿਵੇਂ ਫਿਰਦਾ ਨਾ ਕੋਲ ਮੈਂ ਵੀ ਟਾਂਕਾ ਖਾਣੀਆਂ ਨੇ ਚੱਲ ਕਰ ਲੂੰ ਕਰਨੇ ਤੇ ਜਾਵਾਂਗੇ ਵੀਰੇ ਚੱਲ ਲਫੰਗਾ ਏ ਉਹ ਕੱਲ ਨੂੰ ਚੱਲੀ ਪੁੱਤ ਪੱਕਾ ਤੂੰ ਸਾਡੇ ਨਾਲ।
ਤਾਏ ਮੈਂ ਤੇਰੀਆਂ ਗੱਲਾਂ ਸੁਣ ਕੇ ਡਰ ਜਾ ਲੱਗਣ ਲੱਗ ਗਿਆ ਮੈਂ ਵੀ ਨਹੀਂ ਜਾਂਦਾ ਕੱਲ ਨੂੰ ਉਹ ਤੇਰੇ ਬਾਪੂ ਨੂੰ ਤਾਂ ਭੇਜਦੀ ਫਿਰ ਕੋਈ ਨਾ ਲੈ ਇਹ ਵੀ ਦੇ ਗਿਆ ਜਵਾਬ ਉਹ ਆ ਜਾ ਤੈਨੂੰ ਠੀਕ ਰਿਹਾ ਜੀ ਮੈਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਆ ਠੀਕ ਆ ਵਧੀਆ ਕਿਵੇਂ ਯਾਦ ਕਰਿਆ ਯਾਦ ਕੀ ਕਰਿਆ ਇਹ ਤਾਂ ਜਿਹੜੀ ਆਪਣੇ ਪਿੰਡ ਦੀ ਕਿਸਾਨ ਯੂਨੀਅਨ ਆ ਇਹਨਾਂ ਨੇ ਮੁੰਡੇ ਆਪਦੇ ਨਾਲ ਲਾ ਲਏ ਨੌਜਵਾਨ ਪੀੜੀ ਨੂੰ ਆਪਦੇ ਨਾਲ ਤੋਰੀ ਬੈਠੇ ਨੇ ਇਹ ਉਹ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਧਰਨੇ ਤੇ ਜਾਣਾ ਐਮਐਲਏ ਸਾਹਿਬ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਇਹ ਕਿਸਾਨ ਯੂਨੀਅਨ ਵਾਲੇ ਉਹਨਾਂ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਨੇ ਕੱਲ ਨੂੰ ਸਾਰਾ ਸਮਾਨ ਪੱਤਾ ਆ ਗਿਆ ਸਾਰਾ ਕੁਛ ਆ ਗਿਆ ਯੂਨੀਅਨ ਵਾਲੇ ਬੈਠੇ ਨੇ ਮੈਂ ਲੈ ਕੇ ਆਉਣਾ ਨੌਜਵਾਨਾਂ ਨੂੰ ਜਿਹੜੇ ਕੱਲ ਜੋੜੇ ਨੇ ਆਪਾਂ ਨੇ ਨਾਲ ਜਿਹੜੇ ਕਹਿੰਦੇ ਤੇ ਸਵੇਰੇ ਚੱਲਾਂਗੇ ਚੱਲ ਜਾ ਤੂੰ ਮੈਂ ਉਹਨਾਂ ਨੂੰ ਲੈ ਕੇ ਆਉਣਾ ਕਿੱਧਰ ਚੱਲਿਆ ਕਿਸਾਨ ਯੂਨੀਅਨ ਵਾਲੇ ਝੰਡੇ ਚੱਕ ਕੇ ਧਰਨੇ ਤੇ ਜਾਣਾ ਅੱਜ ਉਹ ਤੁਸੀਂ ਧਰਨਾ ਛੱਡੋ ਮੇਰੇ ਨਾਲ ਰੈਲੀ ਤੇ ਚੱਲੋ ਸਮਾਨ ਪੂਰਾ ਮਿਲੂ ਤੁਹਾਨੂੰ ਗਿੱਲਾ ਸੁੱਕਾ ਪਰ ਇੱਕ ਗੱਲ ਹੋਰ ਆ ਸਮਾਨ ਤਾਂ ਤੁਹਾਨੂੰ ਧਰਨੇ ਤੇ ਵੀ ਮਿਲੂ ਹੈ ਬਾਈ ਪਰ ਡਾਂਗਾ ਚੱਪਾ ਪਾਣੀ ਉਹ ਤੁਹਾਨੂੰ ਦੇਖਿਆ ਨਹੀਂ ਧਰਨੇ ਦੇ ਕੀ ਹਾਲ ਹੁੰਦਾ ਦੇਖਿਆ ਤਾਂ ਮੈਂ ਵੀ ਧਰਨਾ ਤੇ ਹਾਲ ਹੁੰਦਾ ਮੇਰੀ ਗੱਲ ਸੁਣੋ ਅੱਜ ਰੈਲੀ ਆ ਪਟਿਆਲੇ ਸੀ ਐਮ ਦੀ ਤੁਸੀਂ ਮੇਰੇ ਨਾਲ ਚੱਲੋ ਸਾਰਾ ਸਮਾਨ ਪੂਰਾ ਨਸ਼ਾ ਤੇ ਜਿਹੜਾ ਕੁਝ ਗਿੱਲਾ ਸੁੱਕਾ ਸਾਰਾ ਸਮਾਨ ਭਾਈ ਇੱਕ ਤੀਨ ਤੇ ਚੱਲ ਪਾਏ ਉਹ ਬਸ ਚੱਲੋ ਫਿਰ ਤੁਹਾਨੂੰ ਫੁੱਲ ਮਿਲੂ ਚਲੋ ਛੱਟੋ ਝੰਡੇ ਹੋਏ ਚੱਲੋ ਚੱਲੀ ਨਾਲੇ ਚੱਲਦੇ ਅੱਜ ਚੱਲ ਐ ਕਰੋ ਇਕੱਠੇ ਕਰਦੇ ਪਾਦੇ ਦੇ ਘਰ ਨੂੰ ਅੱਜ ਸਰਪੰਚ ਚਲੋ ਠੀਕ ਆ ਵੀਰੇ ਹਾਂ ਆਉਣੇ ਉੱਥੇ ਆ ਝੰਡੇ ਸਮਾਇਓ ਜਿਹਦੇ ਹੈਗੇ ਨੇ ਠੀਕ ਆ ਇੱਤੀ ਛੱਟੋ ਤੋਂ ਬਾਈ ਆਪਣੇ ਕੰਮ ਤੇ ਨਹੀਂ ਗਏ ਨਹੀਂ ਸਮਾ ਦੋ ਉਹਨਾਂ ਨੂੰ ਵੀ ਝੰਡੀ ਨੇ ਠੀਕ ਆ ਹੋਰ ਬਾਈ ਕੀ ਬਣਿਆ ਉਹ ਬਣਨਾ ਕੀ ਆ ਯਾਰ ਆ ਬਾਈ ਉਹ ਨਹੀਂ ਦੇਖਦਾ ਤੜਕੇ ਦੇ ਆਏ ਬੈਠੇ ਨੇ ਉਹ ਮੁੰਡਿਆਂ ਨੂੰ ਤਾਂ ਸਾਰਿਆਂ ਨੂੰ ਸਰਪੰਚ ਲੈ ਗਿਆ ਕਹਿੰਦਾ ਐਮਐਲਏ ਦੀ ਰੈਲੀ ਆ ਖਾਣ ਪੀਣ ਦਾ ਲਾਲਚ ਦੇ ਕੇ ਯਾਰ ਬਹੁਤ ਮਾੜਾ ਹੋਇਆ ਉਹ ਨਹੀਂ ਆਪਣੇ ਨਾਲ ਤੁਰਦੇ ਤਾਂ ਹੀ ਤਾਂ ਆਪਣਾ ਬਣਦਾ ਨਹੀਂ ਕੁਛ ਆਪਾਂ ਬਜ਼ੁਰਗ ਉੱਥੇ ਡਾਂਗਾ ਖਾ ਕੇ ਆ ਜਾਂਦੇ ਹਾਂ ਪੁਲਿਸ ਵਾਲਿਆਂ ਤੋਂ ਬਸ ਖਤਮ ਹੈ ਕਿਸਾਨੀ ਪੰਜਾਬ ਦੀ ਤਾਂ ਨੌਜਵਾਨ ਤਾਂ ਜਮਾਂ ਹੀ ਨਹੀਂ ਸੋਚਦੇ ਹੈਗੇ ਕੁਛ ਬਾਈ ਹੁਣ ਕੀ ਕਿਵੇਂ ਕਰੀਏ ਉਹ ਹੁਣ ਕੀ ਕਰਨਾ ਹੈ ਬਾਈ ਉਹਨਾਂ ਨੂੰ ਨਾਲ ਲੈ ਕੇ ਆਪਾਂ ਹੀ ਚੱਲਦੇ ਹਾਂ ਅੱਗੇ ਵੀ ਆਪਾਂ ਹੀ ਜਾਂਦੇ ਹਾਂ ਚਲੋ ਫਿਰ ਚੱਲੀਏ ਚਲੋ ਬਾਈ ਚੱਲੀਏ ਸਾਰੇ ਕਿਸਾਨ ਯੂਨੀਅਨ ਜਿੰਦਾਬਾਦ ਆ ਦੇਖ ਗੁਰਪ੍ਰੀਤ ਹਾਂਜੀ ਆ ਤਾਂ ਆਪਣੀ ਰੈਲੀ ਦੀ ਫੋਟੋ ਆ ਹਾਂਜੀ ਹਾਂ ਆ ਸਾਈਡ ਤੇ ਕਿਸਾਨ ਯੂਨੀਅਨ ਵਾਲਿਆਂ ਦੀ ਆ ਇਹ ਤਾਂ ਚਾਰ ਕੀ ਬੈਠੇ ਨੇ ਕਿਉਂ ਇਹ ਆ ਰਾਜਨੀਤੀ ਹਾਂਜੀ ਹਾਂ ਉਹੀ ਤਾਂ ਗੱਲ ਆ ਜੇ ਇਹਨਾਂ 'ਚ ਏਕਾ ਹੁੰਦਾ ਅੱਜ ਤੇ ਕੁਛ ਦਾ ਕੁਛ ਕਰ ਦਿੰਦੇ ਸਹੀ ਗੱਲ ਆ ਏਕਾ ਹੀ ਨਹੀਂ ਹੈਗਾ ਏਕਾ ਹੀ ਨਹੀਂ ਹੈਗਾ ਇਹਨਾਂ 'ਚ ਦੇਖ ਪਿਓ ਪੁੱਤ 'ਚ ਏਕਾ ਨਹੀਂ ਪਿਓ ਤਾਂ ਫਿਰਦਾ ਧਰਨੇ ਤੇ ਪੁੱਤ ਫਿਰਦਾ ਰੈਲੀ ਤੇ ਹਾਂਜੀ ਹਾਂ ਪਹਿਲਾਂ ਆਪਣੇ 'ਚ ਏਕਾ ਤਾਂ ਕਰ ਲਓ ਫਿਰ ਹੱਕ ਲੈਣੇ ਸਿੱਖ ਲਓ ਕਿ ਨਹੀਂ ਠੀਕ ਹੈ ਜੀ ਇਹਨੂੰ ਅਸਲੀ ਰਾਜਨੀਤੀ ਕਹਿੰਦੇ ਨੇ ਬੇਟਾ ਸਹੀ ਗੱਲ ਹੈ ਜੀ ਹਾਂ ਦੇਖ ਜੇ ਇਹਨਾਂ 'ਚ ਏਕਾ ਹੁੰਦਾ ਤਾਂ ਅੱਜ ਆਪਣੇ ਹੱਕ ਲੈ ਲੈਂਦੇ ਇਹ ਅੰਗਰੇਜ਼ਾਂ ਨੇ ਨੀਤੀ ਚਲਾਈ ਤੀ ਫੁੱਟ ਪਾਓ ਤੇ ਰਾਜ ਕਰੋ ਸਹੀ ਗੱਲ ਹੈ ਤੇ ਉਹਦਾ ਫਾਇਦਾ ਆਪਣੇ ਵਰਗੇ ਐਮਐਲਏ ਚੱਕਦੇ ਨੇ ਦੇਖ ਇਹਨਾਂ ਨੂੰ ਕੀ ਲੱਗਦਾ ਸੀ ਵੀ ਨੌਜਵਾਨਾਂ ਨੂੰ ਲੈ ਕੇ ਨਾਲ ਤੁਰ ਪੈਣਗੇ ਉਹ ਨੌਜਵਾਨ ਤਾਂ ਆਪਣੇ ਨਸ਼ੇ ਨਾਲ ਗਾੜਤੇ ਗਾੜਤੇ ਜੀ ਨੌਜਵਾਨਾਂ ਨੂੰ ਰੋਟੀ ਦੀ ਫਿਕਰ ਨਹੀਂ ਨਸ਼ੇ ਦੀ ਫਿਕਰ ਆ ਬਿਲਕੁਲ ਜੀ ਬਿਲਕੁਲ ਭਾਲਦੇ ਨੇ ਹੱਕ ਆਪਣੇ ਚਲੋ ਕੋਈ ਗੱਲ ਨਹੀਂ